ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਡੀ ਐਸ ਬਿੰਦਰਾ ਅੱਜ ਤੁਹਾਡੇ ਵਿੱਚ ਆਇਆ ਹਾਂ। ਇਹਦਾ ਇੱਕ ਖਾਸ ਕਾਰਨ ਹੈਗਾ ਜਾਣ ਦਾ ਕਿ ਜਿਸ ਤਰ੍ਹਾਂ ਸੀ ਏ ਬੀ ਸਿਟੀਜ਼ਨਸ਼ਿਪ ਅਮੈਂਡਮੈਂਟ ਬਿੱਲ ਜਿਹੜਾ ਹਾਲੇ ਦੀ ਸਰਕਾਰ ਨੇ ਜਿਹੜਾ ਕੀਤਾ ਹੈਗਾ, ਜਿਨ੍ਹਾਂ ਨੂੰ ਰਾਜ ਸਭਾ 'ਚ ਵੀ ਮਨਜ਼ੂਰੀ ਮਿਲ ਗਈ ਹੈ ਔਰ ਉਹ ਬਿੱਲ ਪਾਸ ਹੋ ਗਿਆ ਹੋਇਆ, ਅਤੇ ਮੈਂ ਇਸ ਬਿੱਲ ਦੇ ਬਾਰੇ ਵੀ ਥੋੜ੍ਹਾ ਗੱਲ ਕਰਨਾ ਚਾਹਾਂਗਾ। ਲੇਕਿਨ ਮੈਂ ਸਭ ਤੋਂ ਪਹਿਲੇ ਮੈਂ ਇੱਕ ਵਾਰ ਪਹਿਲੇ ਆਪਣੇ ਸਿੱਖ ਜਥੇਬੰਦੀਆਂ ਨੂੰ, ਆਪਣੇ ਵੀਰਾਂ ਨੂੰ, ਆਪਣੇ ਭਰਾਵਾਂ ਨੂੰ ਇੱਕ ਵਾਰ ਮੈਂ ਰਿਕੁਐਸਟ ਕਰਾਂਗਾ ਕਿ ਜਿਹੜਾ ਅੱਜ ਦਾ ਮਾਹੌਲ ਜਿਹੜਾ ਬਣਿਆ ਪਿਆ, ਅੱਜ ਜਿਹੜੀ ਅਗਰ ਮੈਂ ਕਹਾਂ ਮੁਸਲਮਾਨ ਕੌਮ ਦੇ ਨਾਲ ਜਿਹੜਾ ਧੱਕਾ ਹੋ ਰਿਹਾ, ਜਿਸ ਤਰ੍ਹਾਂ ਕਿ ਅਗਰ 84 ਰਾਈਟਸ ਦੀ ਅਸੀਂ ਗੱਲ ਕਰੀਏ ਤਾਂ ਸੇਮ ਕੰਡੀਸ਼ਨ ਇਸ ਟਾਈਮ ਮੁਸਲਮਾਨਾਂ ਦੀ ਹੋ ਰਹੀ ਹੈ ਕਿ ਮੁਸਲਮਾਨਾਂ ਦੇ ਨਾਲ ਨਾ ਤਾਂ ਪੁਲਿਸ ਹੈ, ਨਾ ਇੱਥੇ ਦੀ ਸਰਕਾਰ ਹੈਗੀ ਹੈ, ਅਤੇ ਨਾ ਇੱਥੇ ਦੀ ਲੋਕਲ ਜਿਹੜੀ ਹੈ ਅਗਰ ਅਸੀਂ ਕਹੀਏ ਅਗਰ ਕੋਈ ਹੋਰ ਕਾਸਟ ਹੈਗੀ ਹੈ। ਅਤੇ ਮੈਂ ਸਾਰੇ ਵੀਰਾਂ ਨੂੰ ਇਹ ਰਿਕੁਐਸਟ ਕਰਨਾ ਚਾਹਾਂਗਾ, ਵੀਰ ਜੀ ਇਸ ਟਾਈਮ ਅਸੀਂ ਮੁਸਲਮਾਨਾਂ ਦੇ ਨਾਲ ਖੜੇ ਹੋਈਏ, ਮੁਸਲਿਮਸ ਦੇ ਨਾਲ ਖੜੇ ਹੋਈਏ, ਇਹਨਾਂ ਦੇ ਨਾਲ ਖੜੇ ਹੋਣਾ ਅੱਜ ਸਾਡੇ ਵਾਸਤੇ ਬਹੁਤ ਜ਼ਰੂਰੀ ਹੈ। ਅੱਜ ਅਗਰ ਅਸੀਂ ਇਹਨਾਂ ਨਾਲ ਨਹੀਂ ਖੜੇ ਹੁੰਦੇ ਔਰ ਕੱਲ੍ਹ ਇਹੀ ਅਗਰ ਸਿਟੀਜ਼ਨਸ਼ਿਪ ਅਮੈਂਡਮੈਂਟ ਬਿੱਲ ਅਗਰ ਸਾਡੇ ਖਿਲਾਫ ਲਿਆਇਆ ਜਾਂਦਾ ਹੈ, ਤਾਂ ਵੀਰ ਜੀ ਸਾਡੇ ਕੋਲ ਕੁਛ ਵੀ ਨਹੀਂ ਹੋਏਗਾ ਬਚਣ ਵਾਸਤੇ। ਅਤੇ ਮੈਂ ਇਹੀ ਅਰਦਾਸ ਕਰਨਾ ਚਾਹਾਂਗਾ ਸਾਰੇ ਵੀਰਾਂ ਨੂੰ, ਸਾਰੇ ਭਰਾਵਾਂ ਨੂੰ, ਭੈਣਾਂ ਨੂੰ ਕਿ ਅੱਜ ਜਿਹੜਾ ਜਾਮੀਆ ਦੇ ਵਿੱਚ ਹੋ ਰਿਹਾ ਜਾਂ ਜੋ ਸੜਕਾਂ ਦੇ ਉੱਤੇ ਅੱਜ ਜਿਹੜਾ ਅੰਦੋਲਨ ਹੋ ਰਿਹਾ, ਇਸ ਅੰਦੋਲਨ ਦਾ ਜਿਹੜਾ ਸਾਥ ਦਿਓ ਔਰ ਇਹਨਾਂ ਦੇ ਨਾਲ ਮੋਢੇ ਨਾਲ ਮੋਢਾ ਲਗਾ ਕੇ ਅਸੀਂ ਜੇ ਮੁਸਲਮਾਨਾਂ ਨਾਲ ਖੜੇ ਹੁੰਦੇ ਹਾਂ, ਮੁਸਲਿਮ ਵੀਰਾਂ ਨਾਲ ਖੜੇ ਹੁੰਦੇ ਹਾਂ, ਅਤੇ ਸਾਨੂੰ ਵੀ ਅੱਗੇ ਆ ਕੇ ਜਿਹੜਾ ਇਸ ਚੀਜ਼ ਨੂੰ ਫੇਸ ਆਊਟ ਕਰਨ ਦੀ ਅਗਰ ਦਿੱਕਤ ਆਉਂਦੀ ਹੈ ਤਾਂ ਸਾਡੇ ਨਾਲ ਇੱਕ ਮੁਸਲਿਮ ਕੌਮ ਸਾਡੇ ਨਾਲ ਖੜੀ ਹੋਏਗੀ। ਕਿਉਂਕਿ 84 ਰਾਈਟਸ ਦੀ ਅਗਰ ਗੱਲ ਕਰਦੇ ਹਾਂ ਤਾਂ 84 ਦੰਗਿਆਂ ਤੋਂ ਬਾਅਦ ਵੀਰ ਜੀ ਸਾਡੇ ਨਾਲ ਅੱਜ ਤੱਕ ਕੋਈ ਵੀ ਨਹੀਂ ਖੜਾ, ਸਾਡੇ ਨਾਲ ਹਮੇਸ਼ਾ ਜਿਹੜੀ ਵੀ ਕੌਮ ਆਈ ਉਹਨੇ ਧੱਕਾ ਕੀਤਾ। ਅਗਰ ਅਸੀਂ ਕਿਸੇ ਵੀ ਕਾਂਗਰਸ ਦੀ ਗੱਲ ਕਰੀਏ ਉਹਨੇ ਵੀ ਸਾਡੇ ਨਾਲ ਧੱਕਾ ਕੀਤਾ, ਜਿਹੜੀ ਵੀ ਸਰਕਾਰ ਆਈ ਉਹਨਾਂ ਨੇ ਧੱਕਾ ਹੀ ਕੀਤਾ, ਸਾਡਾ ਕੋਈ ਫਾਇਦਾ ਕਿਸੇ ਨੇ ਨਹੀਂ ਕੀਤਾ। ਲੇਕਿਨ ਫਿਰ ਵੀ ਮੈਂ ਕਹਿੰਦਾ ਵਾਂ ਕਿ ਅਗਰ ਔਖੇ ਵੇਲੇ ਅਗਰ ਕੋਈ ਸਾਡੇ ਕੋਈ ਇੱਕ ਕਾਸਟ ਦੇ ਨਾਲ ਅਗਰ ਕੋਈ ਟਾਰਗੇਟ ਕੀਤਾ ਜਾਂਦਾ ਤਾਂ ਸਾਡਾ ਫਰਜ਼ ਬਣਦਾ ਕਿ ਅਸੀਂ ਉਹਦੇ ਨਾਲ ਜਾ ਕੇ ਖੜੇ ਹੋਈਏ। ਅਤੇ ਬਸ ਮੈਂ ਇੰਨੀ ਅਰਦਾਸ ਕਰਾਂਗਾ ਸਾਰੇ ਸਿੱਖ ਭਰਾਵਾਂ ਨੂੰ ਕਿ ਇਸ ਟਾਈਮ ਮੁਸਲਮਾਨਾਂ ਨੂੰ ਸਾਡੀ ਲੋੜ ਹੈਗੀ ਹੈ, ਅਸੀਂ ਅੱਗੇ ਆਈਏ, ਅੱਗੇ ਆ ਕੇ ਉਹਨਾਂ ਦੇ ਨਾਲ ਖੜੇ ਹੋਈਏ ਔਰ ਉਹਨਾਂ ਦੀ ਆਵਾਜ਼ ਦੇ ਨਾਲ ਆਵਾਜ਼ ਬਣੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਔਰ ਮੈਂ ਆਪਣਾ ਫੋਨ ਨੰਬਰ ਤੁਹਾਨੂੰ ਦੇ ਰਿਹਾ ਵਾਂ, ਜਿਹਨੂੰ ਵੀ ਅਗਰ ਕੋਈ ਲੋੜ ਹੁੰਦੀ ਹੈ, ਕਿਸੇ ਚੀਜ਼ ਦੀ ਕੋਈ ਦਿੱਕਤ ਆਉਂਦੀ ਹੈ, ਉਹ ਮੈਨੂੰ ਕੰਟੈਕਟ ਕਰ ਸਕਦਾ ਹੈ। ਮੇਰਾ ਮੋਬਾਈਲ ਨੰਬਰ ਹੈ 9999789237। ਮੈਂ ਇੱਕ ਵਾਰ ਦੁਬਾਰਾ ਬੋਲ ਦੇਣਾ ਵਾਂ 9999789837। ਕੋਈ ਵੀ ਮੁਸਲਿਮ ਵੀਰ ਅਗਰ ਚਾਹੇ ਤਾਂ ਮੈਨੂੰ ਕਰ ਸਕਦਾ, ਫੋਨ ਕਰ ਸਕਦਾ। ਮੇਰਾ ਪੇਟੀਐਮ ਨੰਬਰ ਵੀ ਹੈਗਾ, ਮੇਰਾ ਵੈਸੇ ਨੰਬਰ ਵੀ ਹੈਗਾ। ਔਰ ਕੋਈ ਵੀ ਅਗਰ ਕੋਈ ਜਾਮੀਆ ਵਾਸਤੇ, ਸਟੂਡੈਂਟਸ ਵਾਸਤੇ ਕੋਈ ਅਗਰ ਹੈਲਪ ਕਰਨਾ ਚਾਹੁੰਦਾ ਤਾਂ ਵੀ ਉਹ ਕਰ ਸਕਦਾ ਹੈਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।